ਭਾਈ ਅਮਰਿਤਪਾਲ ਸਿੰਘ ਜੀ ਖਾਲਸਾ ਬੋਲੇ ਸੋ ਨਿਹਾਲ। ਜਦੋਂ ਨਸ਼ੇ ਨੂੰ ਠੱਲ ਪੈ ਗਈ ਤੇ ਕ੍ਰਾਈਮ ਅੱਧੇ ਜ਼ਿਆਦਾ ਖਤਮ ਹੋ ਜਾਣਾ। ਤੇ ਇਸ ਮੁਹਿੰਮ ਦੇ ਵਿੱਚ ਜਿਵੇਂ ਅੱਗੇ ਇਕੱਲੇ ਵੀ ਹੀਰ ਚੱਲਦੀ ਸੀ ਨਾ, ਕਹਿੰਦੇ ਸੀ ਸੇਖੀ ਨਾਲ, ਪਰ ਨਹੀਂ, ਹੁਣ ਨੌਜਵਾਨ ਹਿੰਦੂ ਵੀ ਸਾਡੇ ਨਾਲ ਨੇ, ਉਹ ਵੀ ਮੋਢਾ ਮੋਢਾ ਜੋੜਨਗੇ। ਜਿੰਨੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੀ ਨਾਲ ਨੇ, ਜਿੰਨੇ ਕਾਮਰੇਡ ਜਥੇਬੰਦੀਆਂ ਉਹ ਵੀ ਸਾਡੇ ਨਾਲ ਆ, ਕਿਉਂਕਿ ਸੋਚ ਸਾਰਿਆਂ ਦੀ ਇਹੀ ਆ ਕਿ ਪੰਜਾਬ ਵਧੀਆ ਹੋਵੇ। ਇਸ ਵਾਸਤੇ ਅਸੀਂ ਸਾਰੇ ਬਹੁਤ ਖੁਸ਼ੀ ਵਿੱਚ ਅੱਜ, ਤੇ ਪਿੰਡਾਂ ਵਿੱਚ ਬੱਚਿਆਂ ਤੱਕ, ਬਜ਼ੁਰਗਾਂ ਤੱਕ, ਸਾਰੇ ਬੀਬੀਆਂ ਬਹੁਤ ਖੁਸ਼ ਆ ਕਿ ਸਾਡੀ ਮਿਹਨਤ ਫਲ ਲੱਗਾ। ਸਿਆਸਤ ਦੀ ਪਹਿਲੀ ਪੌੜੀ ਚੜੇ ਭਾਈ ਅਮਰਿਤਪਾਲ ਸਿੰਘ, ਅੱਜ ਬਤੌਰ ਐਮਪੀ ਦੇਖਿਆ ਜਾਵੇ ਤਾਂ ਸਿਆਸਤ ਦੀ ਪਹਿਲੀ ਪੌੜੀ ਚੜੇ ਆ। ਲੱਗਦਾ ਕਿ ਹੁਣ ਸਿਆਸੀ ਸਰਗਰਮੀਆਂ ਆਉਣ ਵਾਲੇ ਦਿਨਾਂ 'ਚ ਹੋਰ ਤੇਜ਼ ਕੀਤੀਆਂ ਜਾਣ। ਬਿਲਕੁਲ ਜੀ, ਜਿਹੜਾ ਹੁਣ ਸਮਾਂ ਵਾ, ਹੁਣ ਸਾਡਾ ਸਮਾਂ ਹੀ ਇਹ ਆ ਕਿ ਜਿਹਦੇ ਸੰਗਤਾਂ ਨੇ ਆਪਣੀ ਡਿਊਟੀ ਲਾ ਦਿੱਤੀ ਹੈ, ਹੁਣ ਸਾਨੂੰ ਉਹ ਸਿਆਸਤ ਵਾਲੇ ਪਾਸੇ ਨੂੰ ਚੱਲ ਕੇ ਹਰ ਚੀਜ਼ ਦੀ ਸਟੱਡੀ ਕਰਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਪਊਗੀ। ਭਾਈ ਸਾਹਿਬ ਨੂੰ ਤਾਂ ਹੀ ਡੀਕਦੇ ਪਏ ਆ, ਜਿੰਨਾ ਛੇਤੀ ਆਉਣਗੇ ਉਹ ਪੰਜਾਬ ਦੇ ਸਾਰੇ ਮੁੱਦਿਆਂ ਤੇ ਬਹਿ ਕੇ ਵਿਚਾਰ ਕਰਨਗੇ। ਹਾਂ, ਉਸ ਤੋਂ ਬਾਅਦ ਜਿਵੇਂ ਸਰਬਜੀਤ ਸਿੰਘ ਉਹਨਾਂ ਨੇ ਵੀ ਕਿਹਾ ਵਾ, ਐਮਪੀ ਸਾਹਿਬ ਨੇ ਜਾਂ ਹੋਰਨਾਂ ਨੇ ਵੀ ਕਿਹਾ ਵਾ, ਇਹ ਗੱਲ ਕਹੀ ਆ ਕਿ ਹੁਣ ਸ਼ਾਇਦ ਅਗਲਾ ਜਿਹੜਾ ਪੜਾ SGPC ਵਾਲਾ, ਜੇ ਭਾਈ ਸਾਹਿਬ ਸਾਨੂੰ ਇਜਾਜ਼ਤ ਦੇਣਗੇ ਅਸੀਂ ਉਹ ਜਗ੍ਹਾ ਵੀ ਕਵਰ ਕਰਾਂਗੇ। ਬਿਲਕੁਲ ਜੀ, ਚੋਣਾਂ ਦੀ ਤਿਆਰੀ ਕੀਤੀ ਜਾਵੇਗੀ, ਪਰ ਤਾਂ ਹੋਵੇਗੀ ਜਿੱਦਣ ਭਾਈ ਸਾਹਿਬ ਸਾਨੂੰ ਆਗਿਆ ਦੇਣਗੇ। ਸਾਰੀ ਟੀਮ ਰਲ ਕੇ ਮੀਟਿੰਗ ਕਰੇਗੀ ਤੇ ਉਸ ਸਮੇਂ ਤੋਂ ਫਿਰ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਵਾਸਤੇ ਵੀ ਤਿਆਰੀ ਕੀਤੀ ਜਾਵੇਗੀ। ਬਿਲਕੁਲ, ਤੁਸੀਂ ਦੇਖੋ ਕਿ ਇੱਕ ਪਾਸੇ ਜਿੱਥੇ ਖੁਸ਼ੀ ਜਿਹੜੀ ਆ ਉਹ ਸਾਂਝੀ ਕੀਤੀ ਜਾ ਰਹੀ ਆ, ਤਾਂ ਨਾਲ ਦੀ ਨਾਲ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਹੁਣ ਖਡੂਰ ਸਾਹਿਬ ਹਲਕੇ ਦੇ ਜਿਹੜੇ ਲੋਕਾਂ ਦੇ ਕੰਮ ਨੇ ਉਹ ਕਿਸ ਤਰੀਕੇ ਦੇ ਨਾਲ ਕਰਨੇ ਨੇ, ਕੀ ਰਣਨੀਤੀ ਹੈ, ਕਿਉਂਕਿ ਜਿਸ ਤਰੀਕੇ ਦਾ ਫਤਵਾ ਖਡੂਰ ਸਾਹਿਬ ਦੇ ਲੋਕਾਂ ਨੇ ਦਿੱਤਾ ਤਾਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਵੀ ਨੇ। ਤਾਂ ਇਹਨਾਂ ਨੇ ਕਿਹਾ ਕਿ ਸਾਰੇ ਧਰਮਾਂ ਨੂੰ, ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਿਆ ਜਾਏਗਾ, ਕਿਉਂਕਿ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਲਗਾਤਾਰ ਸਿਆਸੀ ਜਿਹੜੇ ਵਿਰੋਧੀ ਨੇ ਉਹ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਸੀ ਕਿ ਹੁਣ ਸ਼ਾਇਦ ਖਾਲਿਸਤਾਨ ਦੀ ਗੱਲ ਹੋਏਗੀ ਜਾਂ ਫਿਰ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਉਹ ਖਰਾਬ ਹੋਏਗਾ। ਪਰ ਜਦੋਂ ਤੋਂ ਅੰਮ੍ਰਿਤਪਾਲ ਸਿੰਘ ਨੇ ਜਿੱਤ ਹਾਸਿਲ ਕੀਤੀ ਹੈ ਉਦੋਂ ਤੋਂ ਹੀ ਉਹਨਾਂ ਦਾ ਪਰਿਵਾਰ, ਉਹਨਾਂ ਦੇ ਜਿੰਨੇ ਵੀ ਸਮਰਥਕ ਨੇ, ਜਿੰਨੇ ਆਗੂ ਨੇ, ਲਗਾਤਾਰ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਰੇ ਧਰਮਾਂ ਨੇ ਮਿਲ ਕੇ ਅੰਮ੍ਰਿਤਪਾਲ ਸਿੰਘ ਨੂੰ ਜਿਹੜੀ ਵੱਡੀ ਜਿੱਤ ਮਿਲੀ ਹੈ ਉਸ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ। ਤਾਂ ਅੱਜ ਵੀ ਸਾਰੇ ਧਰਮਾਂ ਨੂੰ ਇੱਕ ਜੋ ਹੈ ਇੱਕ ਸਾਰ, ਇੱਕ ਨਾਲ ਲੈ ਕੇ ਚੱਲਣ ਦੀ ਜਿਹੜੀ ਗੱਲ ਹੈ ਉਹ ਕਹੀ ਜਾ ਰਹੀ ਹੈ। ਤਾਂ ਇਹ ਮਾਹੌਲ ਹੈ ਇਸ ਵੇਲੇ ਜੱਲੂਪੁਰ ਖੈੜਾ ਦੇ ਵਿੱਚ, ਜਿੱਥੇ ਉਹਨਾਂ ਦੇ ਸਮਰਥਕ ਜਿਹੜੇ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਖੁਸ਼ੀ ਸਾਂਝੀ ਕਰਦੇ ਹੋਏ ਨਜ਼ਰ ਆ ਰਹੇ ਨੇ ਜੀ।